ਸਤੀਸ਼ ਲਿਖੀ ਹੈ ਜੀ। ਅੱਜ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਸਾਡੇ ਮਾਣਯੋਗ ਪ੍ਰਧਾਨ ਸਾਹਿਬ ਹਰੀਸ਼ ਸ਼ਰਮਾ ਜੀ, ਬਿੱਲਾ ਭਾਅ ਜੀ, ਸੈਮ ਜੀ ਅਤੇ ਹੋਰ ਵੀ ਜਿੰਨੇ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਮਾਣ ਬਖਸ਼ਿਆ ਮੈਨੂੰ, ਜ਼ਿਲ੍ਹਾ ਆਰਟੀਸੈਲ ਦਾ ਪ੍ਰੈਜ਼ੀਡੈਂਟ ਬਣਾਇਆ, ਮੈਂ ਇਹਨਾਂ ਦਾ ਇਹ ਮਾਣ ਦੀ ਜਿਹੜਾ ਮੈਨੂੰ ਬਖਸ਼ਿਆ ਇਹ ਮੈਂ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣਾ ਇਹਨੂੰ ਨਿਭਾਵਾਂਗਾ ਔਰ ਜਿੰਨਾ ਵੀ ਆਪਣੇ ਵੱਧ ਤੋਂ ਵੱਧ ਸਹਿਯੋਗ ਮੈਂ ਦੇ ਸਕਿਆ ਇਸ ਸੰਸਥਾ ਦੀ ਮੈਂ ਸੇਵਾ ਕਰਾਂਗਾ। ਮੈਂ ਡਾਕਟਰ ਹਰੀਸ਼ ਸ਼ਰਮਾ ਹੀਰਾ, ਪ੍ਰੈਜ਼ੀਡੈਂਟ ਪੰਜਾਬ ਮਾਨਵ ਅਧਿਕਾਰ ਸੰਘਰਸ਼ ਕਮੇਟੀ। ਅੱਜ ਅਸੀਂ ਸਤੀਸ਼ ਰਿਖੀ ਜੀ ਨੂੰ ਆਰਟੀਆਈ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ, ਹੋਰ ਵੀ ਆਪਾਂ ਨਿਯੁਕਤੀ ਪੱਤਰ ਦਿੱਤੇ ਨੇ। ਸਤੀਸ਼ ਰਿਖੀ ਜੀ ਨੇ ਸਾਨੂੰ ਵਿਸ਼ਵਾਸ ਦਿਲਾਇਆ ਵੀ ਜੋ ਤੁਸੀਂ ਮੈਨੂੰ ਮਾਣ ਬਖਸ਼ਿਆ ਉਹਦੇ 'ਤੇ ਮੈਂ ਅੱਛਾ ਉਤਰਾਂਗਾ। ਅੱਜ ਰਾਮਨਗਰ ਕਲੋਨੀ ਵਿਖੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੀ ਜਿਹੜੀ ਹੰਗਾਮੀ ਮੀਟਿੰਗ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਹਰੀਸ਼ ਹੀਰਾ ਦੀ ਹੇਠ ਨੁਮਾਇੰਦੀ ਹੋਈ ਹੈ। ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਹੜੇ ਸਾਥੀਆਂ ਨੂੰ ਵੱਖ ਵੱਖ ਜਿਹੜੀਆਂ ਨੁਕਤੀਆਂ ਪੱਤਰ ਅੱਜ ਦਿੱਤੀਆਂ ਗਈਆਂ ਨੇ ਔਰ ਮੈਂ ਆਸ ਕਰੂੰਗਾ ਉਹ ਪਦ ਅਧਿਕਾਰੀਆਂ ਅੱਗੇ ਕਿ ਉਹ ਨਿਸਿਰਵਾਰਥ ਸੇਵਾ ਹੋ ਕੇ ਲੋਕਾਂ ਦੇ ਕੰਮ ਕਰਨਗੇ ਔਰ ਜਿਹੜੇ ਮਾਨਵ ਅਧਿਕਾਰ ਸੰਘਰਸ਼ ਦੀਆਂ ਨੀਤੀਆਂ ਨੇ ਉਹ ਘਰ ਘਰ ਤੱਕ ਲੈ ਕੇ ਜਾਣਗੇ। ਕਿਉਂਕਿ ਮਾਨਵ ਅਧਿਕਾਰ ਸੰਗਠਨ ਐਸਾ ਸੰਗਠਨ ਹੈ ਕਿ ਗਰੀਬਾਂ ਦਾ ਸੰਗਠਨ ਹੈ, ਉਹ ਮਜ਼ਬੂਰ ਵਿਅਕਤੀਆਂ ਦਾ ਸੰਗਠਨ ਹੈ ਜਿਨ੍ਹਾਂ ਨੂੰ ਕੋਈ ਕਿਤੇ ਵੀ ਜਾ ਕੇ ਇਨਸਾਫ ਨਹੀਂ ਮਿਲਦਾ, ਚਾਹੇ ਉਹ ਪੁਲਿਸ ਪ੍ਰਸ਼ਾਸਨ ਦਾ ਹੋਵੇ ਚਾਹੇ ਉਹ ਕਿਸੇ ਕਾਰਪੋਰੇਸ਼ਨ ਦਾ ਹੋਵੇ। ਤਾਂ ਮਾਨਵ ਅਧਿਕਾਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਹਰ ਸਮੇਂ ਉਹ ਲੋਕਾਂ ਦੇ ਨਾਲ ਖੜੀ ਹੈ। ਧੰਨਵਾਦ।